सतश्रीकाल जी, वेलकम टू अवर यूट्यूब चैनल जिहदा नाम है अमन जस्ट व्लॉग्स। असि आ गए नवे व्लॉग दे नाल ते आपां चले आ ट्रिप ते। अज आपां चले आ कैंट जी ट्रिप ते। किथे चले आ? आपां चले आ बॉम्बे पिकनिक स्पॉट। अज फुल इंजॉय होगा। रस्ते दे विच भी इंजॉय करदे जावांगे क्योंकि अज घट्टो घट भी मिला 3 घंटे का रस्ता है ना। तू 3 घंटे रस्ता तुसीं इंजॉय करियो, मेरे ड्राइविंग कर रहे चढ़ने तो तुसीं भी नाल नाल गल्लां गल्लां करके इंजॉय करियो। नहीं ओह ते करांगे, उत्थे जाके भी इंजॉय करांगे। ते टाइम हो गया 6:45 दा। 6:45 तों घट ही है, 6:45 दे नहीं तुरीदा इन्नू निकल लगे उठने काफी टाइम दे। राती थोड़ा जिहा लेट हो गया। साडा प्लान सी 1 घंटा पहला जाण दा, पर साडे थोड़े जिहा काम आ गए सी, इस करके असी लेट सुते ते एडिट उडिट करदे रहे। फिर राती लेट हो गए ते सवेरे थोड़ा जिहा उठे भी लेट क्योंकि इन्हां ने ड्राइव करनी सी। सो असी कहा भी चलो थोड़ी जी 2-2.5 घंटे दी नींद तां बहुत जरूरी आ। ਤੇ ਬਾਕੀ ਲਾਸਟ ਤੱਕ ਦੇਖਿਓ ਵਲੌਗ ਨੂੰ ਤੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤੇ ਹੁਣ ਆਪਾਂ ਨਿਕਲਦੇ ਆਂ ਤੇ ਆਪਾਂ ਰਾਤ ਨੂੰ ਵਾਪਸ ਆ ਜਾਣਾ ਆ ਕਿਉਂਕਿ ਜੋ ਸਕੂਨ ਘਰ ਚ ਹੈ ਉਹ ਬਾਹਰ ਨਹੀਂ ਹੁੰਦਾ। ਸਹੀ ਗੱਲ, ਜਿੱਥੇ ਆਪਾਂ ਰਾਤ ਨੂੰ ਵਾਪਸ ਆ ਸਕਦੇ ਆ ਉਸ ਟ੍ਰਿਪ ਤੋਂ ਆਪਾਂ ਰਾਤ ਨੂੰ ਵਾਪਸ ਆਇਆ ਹੀ ਕਰਾਂਗੇ। ਚਲ ਚੱਲੀਏ। ਚਲ ਹਾਂਜੀ, ਕੀ ਕਰ ਲੱਗੇ ਹੋ? ਮੈਂ ਚਾਹ ਬਣਾਈ ਹੋਈ ਆ। ਮੈਂ ਕਿਹਾ ਤੁਸੀਂ ਡਰਾਈਵ ਕਰਨੀ ਆ ਫਿਰ ਚਾਹ ਪੀਏ ਹੀ ਚਲੋ ਘਰ, ਉਹ ਤਾਂ ਜ਼ਿਆਦਾ ਵਧੀਆ ਹੁੰਦਾ। ਸਵੇਰੇ ਸਵੇਰੇ ਖਾਣ ਦਾ ਤਾਂ ਕੁਝ ਨਹੀਂ ਹੁੰਦਾ। ਬੋਟਲ ਖਾਣ ਨੂੰ ਤੁਸੀਂ ਬੋਟਲ ਆ ਕੇ ਬਿਸਕਿਟ ਰੱਖੇ ਹੋ ਲਾ ਕੇ ਤੁਸੀਂ? ਖਾਲੀ ਚਾਹ ਨਹੀਂ ਪੀਦੀ। ਕਿੱਥੇ ਸਜਾਏ ਬਿਸਕਿਟ? ਖਾਲੀ ਚਾਹ ਨਹੀਂ ਪੀਦੀ ਹੁੰਦੀ। ਓ ਅੱਛਾ, ਤੇ ਹੁਣ ਆਪਾਂ ਚੱਕਾਂਗੇ ਕਿੱਦਾਂ ਦਾ ਸਮਾਨ? ਮੈਂ ਤਾਂ ਆ ਵੀ ਫੜਿਆ ਹੈ ਚਾਹ ਤੋਂ ਕੱਪ ਚ ਪਾ ਲੀਆਂ ਯਾਰ। ਬੱਚੇ ਪਤਾ ਕੀ ਚੱਕਰ ਹੈ, ਡਿਸਪੋਜ਼ੇਬਲ ਨਹੀਂ ਹੈ। ਡਿਸਪੋਜ਼ੇਬਲ ਚ ਨਹੀਂ ਸਹੀ ਰਹਿੰਦੀਆਂ, ਹੱਥ ਚ ਗਿਰ ਜਾਂਦੀ ਹੁੰਦੀ ਹੈ। ਤੇ ਆਪਾਂ ਕੱਪ ਚ ਚਾਹ ਲੈ ਜਾਾਂਗੇ ਤੇ ਮੁੜ ਕੇ ਕੱਪ ਘਰੇ ਆ ਜਾਣਗੇ, ਫਿਰ ਕੀ ਹੋ ਗਿਆ? ਹੁਣ ਪਾਪਾ ਨੂੰ ਫਿਰ ਸਾਰਾ ਸਮਾਨ ਨੂੰ ਛੱਡ ਕੇ ਨਾ ਪਹਿਲਾਂ ਹੀ ਸਮਾਨ ਚੱਕਣਾ ਪੈਣਾ। ਹਾਂ ਤੇ ਡਿਸਪੋਜ਼ੇਬਲ ਵੀ ਪੁੱਤ ਚੱਕਣੇ ਹੀ ਪੈਣੇ ਸੀ। ਉਹ ਚੱਕਰੇ ਤੇ ਪੈਣੇ ਹੀਗੇ ਨਾ, ਪਰ ਇਹ ਸਭ ਸੌਖੇ ਹੋ ਜਾਣੇ ਐਦਾਂ ਬੜਨ ਚ, ਪੀਣੀ ਵੀ ਸੌਖੀ ਹੋ ਗਈ। ਚਲੋ ਚਲੀਏ, ਹੁਣ ਟਾਈਮ ਬਹੁਤ ਹੋ ਗਿਆ। ਚਲੋ ਟਾਈਮ ਸੇਵ ਕਰਨ ਦੇ ਲਈ ਅਸੀਂ ਚਾਹ ਨਾਲ ਹੀ ਲੈ ਕੇ ਆਏ ਸੀ। ਹੋਰ ਕੀ? ਤੇ ਹੁਣ ਆਪਾਂ ਪੀਵਾਂਗੇ ਚਾਹ ਨਾਲ ਖਾਵਾਂਗੇ ਬਿਸਕਟ। ਹਾਂ ਹਾਂ, ਗਰਮ ਗਰਮ ਚਾਹ ਗੱਡੀ ਤੇ ਸਟਾਰਟ ਰੱਖੀ ਆਪਾਂ। ਹਾਂ ਹੈ, ਅਸੀਂ ਘਰ ਦੇ ਬਾਹਰ ਹੀ ਆ ਹਲੇ, ਘਰ ਦੇ ਬਾਹਰ ਹੀ ਆ। ਤੇ ਮੈਂ ਕਿਹਾ ਥੋੜੀ ਗੱਡੀ ਨਾ ਗਰਮ ਹੋ ਜਾਏ ਥੋੜੀ ਜੀ, ਮੌਸਮ ਚ ਇਹ ਆ ਠੰਡੀ ਹੋਈ ਹੁੰਦੀ ਆ। ਹਾਂ ਇੱਕਦਮ ਨਹੀਂ ਕੱਢਣੀ ਚਾਹੀਦੀ ਗੱਡੀ। ਸਹੀ ਗੱਲ, ਨਹੀਂ ਆਲੀ ਵੱਖਰੇ ਯਾਰ। ਹਾਂ ਤੇ ਜੇ ਆਪਾਂ ਇੱਥੇ ਖੜੇ ਆ ਚ 5-10 ਮਿੰਟ ਚ ਪੀ ਲਈ ਨਾ ਚਾਹ, ਫਿਰ ਆਪਾਂ ਕੱਪ ਅੰਦਰ ਹੀ ਰੱਖਾਂਗੇ। ਠੰਡੀ ਹੋ ਗਈ ਆ ਤੇ ਚਾਹ ਠੰਡੀ ਹੋਣੀ ਹੋ ਗਈ, ਮੌਸਮ ਠੰਡਾ ਠੰਡਾ ਹੋ ਗਿਆ ਨਾ। ਕਿਹੜ ਬਣੀ ਕਿਹੜ? ਥੈਂਕ ਯੂ ਥੈਂਕ ਯੂ। ਚਲੋ ਪੀਓ ਚਾਹ ਤੇ ਫਿਰ ਚੱਲੀਏ। ਗਰਮ ਠੰਡੀ ਹੋ ਗਈ। ਮਾਈਕ ਹੁਣੇ ਵੀ ਸਾਡੇ ਨਾਲ ਆ ਚੁੱਕਿਆ ਤੇ ਹੁਣ ਆਪਾਂ ਔਨ ਦ ਵੇ ਆ। ਤੇ ਸਾਡਾ ਪਲਾਨ ਬਣਿਆ ਆ ਪਹਿਲਾਂ ਕਿ ਆਪਾਂ ਮਾਤਾ ਚਿੰਤਪੁਰਨੀ ਜੀ ਦੇ ਮੱਥਾ ਟੇਕਾਂਗੇ ਪਹਿਲਾਂ, ਕਿਉਂਕਿ ਉਹ ਨੀਅਰ ਬਾਈ ਆ ਉੱਥੋਂ, ਹੈ ਨਾ? ਤੇ 30-40 ਮਿੰਟ ਦਾ ਰਸਤਾ ਹੀ ਆ ਉੱਥੋਂ। ਤੇ ਆਪਾਂ ਸੋਚਿਆ ਵੀ ਚਲੋ ਆਪਾਂ ਅਰਲੀ ਨਿਕਲੇ ਆ, ਆਪਾਂ ਉੱਥੇ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਬੰਬੇ ਪਿਕਨਿਕ ਸਪੌਟ ਤੇ ਮੱਥਾ ਟੇਕਾਂਗੇ। ਹਾਂ, ਤੁਹਾਨੂੰ ਕਿੱਦਾਂ ਲੱਗ ਰਿਹਾ ਦੋਨੇ ਜਣਿਆਂ ਨੂੰ? ਕੀ ਹੋਇਆ, ਨੀਂਦ ਚੜੀ ਆ? ਨਹੀਂ ਮੈਂ ਕਿਹਾ ਸ਼ਾਇਦ ਉਧਰ ਹੋਇਆ ਤੇ। ਨਹੀਂ ਨਹੀਂ, ਤੈਨੂੰ ਕਹਿ ਰਹੀ ਤੇ ਹਿਮਾਨੀ ਨੂੰ ਹੈ। ਅੱਜ ਕੋਜ਼ੀ ਕੋਜ਼ੀ ਬਣ ਗਏ ਨਾ, ਗਰਮ ਕੱਪੜੇ ਪਾ ਕੇ ਜਾਣਾ ਪੈ ਰਿਹਾ ਆਪਾਂ ਨੂੰ, ਮੌਸਮ ਠੰਡਾ ਹੋ ਗਿਆ ਆ। ਸੋ ਮੌਸਮ ਠੰਡਾ ਹੋਈ ਜਾਂਦਾ ਉੱਥੇ ਸ਼ਾਇਦ ਹੋਰ ਠੰਡ ਹੋਵੇ, ਬਾਕੀ ਹੁਣ ਜਾ ਕੇ ਪਤਾ ਲੱਗੂਗਾ। ਤੇ ਰਸਤੇ ਦੇ ਵਿੱਚ ਕਿਤੇ ਵੀ ਆਪਾਂ ਰੁਕਾਂਗੇ, ਖਾਵਾਂਗੇ, ਪੀਵਾਂਗੇ। ਦੁਪਹਿਰੇ ਗਰਮੀ ਹੋ ਜਾਏਗੀ? ਹਾਂ, ਹੋ ਸਕਦਾ ਹੋ ਜੂਗੀ। ਨਹੀਂ ਆਪ ਸੀਸ ਪਾ ਕੇ? ਹਾਂ, ਇਹਨਾਂ ਨੂੰ ਵੈਸੇ ਵੀ ਠੰਡ ਘੱਟ ਹੀ ਲੱਗਦੀ ਆ ਤੇ ਸਾਨੂੰ ਲੱਗਦੀ ਹੈ ਠੰਡ, ਆਪਾਂ ਪਾ ਲਈਆਂ ਤੇ ਅੱਗੇ ਜਾ ਕੇ ਕੀ ਪਤਾ ਸਾਨੂੰ ਵੀ ਲਾਣੀਆਂ ਪੈ ਜਾਣ, ਹੈ ਨਾ, ਜੇ ਗਰਮੀ ਹੋ ਗਈ ਤਾਂ। ਤੇ ਹੁਣ ਰਸਤੇ 'ਚ ਆਪਾਂ ਕਿਤੇ ਵੀ ਬ੍ਰੈਕਫਾਸਟ ਕਰਨ ਲਈ ਰੁਕਾਂਗੇ ਜਾਂ ਵੈਸੇ ਵੀ ਕਿਤੇ ਰੁਕਾਂਗੇ, ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ। ਜਦੋਂ ਆਪਾਂ ਮੋਹਾਲੀ ਹੁੰਨੇ ਆ ਉੱਥੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਠੰਡ ਆ ਗਈ ਆ, ਮਤਲਬ ਹਲਕੀ ਹਲਕੀ ਠੰਡ ਹੁੰਦੀ ਆ। ਇੱਥੇ ਆ ਕੇ ਪਤਾ ਲੱਗ ਰਿਹਾ ਵੀ ਧੁੰਦ ਵੀ ਪਈ ਹੋਈ ਆ ਤੇ ਪਹਿਲੀ ਧੁੰਦ ਸਰਦੀਆਂ ਦੀ। ਹੈ ਸਹੀ ਗੱਲ, ਵਿੱਚ ਪਈ ਆ। ਹਾਂ, ਲੱਗੇ ਜ਼ਮੀਨ ਹੈ ਨਾ, ਪੈਲੀਆਂ ਵਗੈਰਾ ਤਾਂ ਕਰਕੇ ਜ਼ਿਆਦਾ ਆ। ਹਾਂਜੀ, ਬਾਕੀ ਹੁਣ ਸਰਦੀਆਂ ਸਟਾਰਟ ਹੋ ਗਈਆਂ ਆ, ਹੁਣ ਹੌਲੀ ਹੌਲੀ ਪਿਆ ਕਰਨੀ ਹੋਰ ਵੇਖੂਗੀ ਹੋਰ ਆ ਜਾਵੇ। ਹਾਂ, ਹੁਣ ਹੌਲੀ ਹੌਲੀ ਵਧੀ ਜਾਂਦੀ ਆ ਤੇ ਕੁਝ ਨਹਿਰ ਨੂਰ ਹੁੰਦੀਆਂ ਨਾ ਜਿੱਥੇ, ਉੱਥੇ ਵੀ ਜ਼ਿਆਦਾ ਹੁੰਦੀ ਨਾ ਤੁਹਾਨੂੰ? ਹਾਂ, ਉੱਥੇ ਵੀ ਹੁੰਦੀ, ਪਾਣੀ ਵਾਲੀ ਜਗ੍ਹਾ ਤੇ ਹੁੰਦੀ ਆ ਜਿੱਥੇ ਪਾਣੀ ਲੱਗਾ ਹੋਵੇ। ਆ ਲਓ ਆ ਗਈ, ਆ ਲਓ, ਇੱਥੇ ਜ਼ਿਆਦਾ ਆ ਗਈ ਆ। ਇੱਥੇ ਆ ਕੇ ਪ੍ਰੋਪਰ ਪਤਾ ਲੱਗਦਾ ਵੀ ਸਰਦੀਆਂ ਸਟਾਰਟ ਹੋ ਹੀ ਚੁੱਕੀਆਂ ਆ। ਹਾਂ, ਲੈ ਤਾਂ ਇੱਥੇ ਤਾਂ ਪ੍ਰੋਪਰ ਆਈ ਲੱਗਦਾ ਇਹਨਾਂ ਧੁੰਦ ਚ ਐਂਟਰ ਕਰਕੇ ਹੁੰਦੇ ਆਪਾਂ। ਇਹ ਰਸਤੇ ਵਿੱਚ ਰੁਕੇ, ਵੇਖੋ ਸੂਰਜ ਨਿਕਲਦਾ ਪਿਆ, ਬੜਾ ਸੋਹਣਾ ਲੱਗੀ ਜਾਂਦਾ ਦੂਰੋਂ ਨਾ, ਬੜਾ ਸੋਹਣਾ ਲੱਗੀ ਜਾਂਦਾ। ਥੋੜਾ 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 ਕਰਕੇ ਨਿਕਲਦਾ ਪਿਆ। ਹਾਂ, ਰਸਤੇ ਥੋੜਾ ਰੁਕੇ ਸੀਗੇ ਔਰ ਆਪਣਾ ਨਾ ਕੋਈ ਹੈਗੇ ਦੀ ਵਗੈਰਾ ਜਲ ਪ੍ਰਵਾਹ ਕਰਨ ਗਏ ਸੀਗੇ। ਚਲੋ
ਚੱਲਦੇ ਆ। ਹਾਂਜੀ ਜੀ, ਆਪਾਂ ਹੁਣ ਰੁਕ ਗਏ ਸੀ ਉਨੇ, ਫਸਟ ਸਟਾਪ ਹੈ, ਤੇ ਮੈਂ ਕਿਹਾ ਚਲੋ ਵਾਸ਼ਰੂਮ ਜਾਈਏ, ਥੋੜਾ ਲੱਤਾਂ ਨੂੰ ਵੀ ਰੈਸਟ ਮਿਲ ਜਾਏਗੀ, ਤੇ ਮੈਂ ਥੋੜਾ ਖਾ ਪੀ ਲਈਏ, ਭੁੱਖ ਬਹੁਤ ਜ਼ਿਆਦਾ ਲੱਗ ਗਈ ਹੈ। चलो जाओ गड्डी ना, हाँ नहीं लोई नहीं, ओ मैं ओ लेके आई हूं अपने लिए स्टॉल। ओके ओके, ओ लगदी लोई आंदी है। आहो ओ कलर ओदा ना, सेम पाई लेने क्योंकि ठंड ना लग जाए, नंगे में ठंड है, स्टार्टिंग करी ठंड है। नहीं जाओ पाई लो, इथे वैसे भी मौसम ना थोड़ा जा ठंडा हैगा या। है ना, ठंडा गया थोड़ा आ गया ना, हां एरिया हो गया। आहो ते हुन आपा खाइए ब्रेड पकौड़े। ब्रेड पकौड़े ऑर्डर करता है, आ जाऊगा जब तक ਤੁਸੀਂ ਉਹ ਲਿਆਓ ਆਪਣੀ ਠੀਕ ਹੁੱਡੀ ਲਿਆਓ। ਅਭੀ ਠੰਡ ਦਾ ਇਲਾਜ ਹੋਗਾ, ਹੁੱਡੀ ਪਹਿਨੀ ਜਾਏਗੀ। ਹੈ ਨਾ, ਇਹ ਜ਼ਰੂਰੀ ਹੈ ਵੀ ਹੁਣ ਤਾਂ ਹੀ ਕੱਪੜੇ ਆਪਾਂ ਕੱਲ੍ਹ ਹੀ ਕੱਢ ਲਏ ਸੀਗੇ। ਹਾਂ ਹੋਰ ਪਤਾ ਚੱਲੇ ਬਾਅਦ ਬਿਮਾਰ ਹੋ ਜਾਈਏ, ਹੋਰ ਪਤਾ ਚੱਲੇ ਮੈਂ ਕਿਹਾ ਬਾਅਦ ਬਿਮਾਰ ਹੋ ਜਾਈਏ। ਇਹ ਕਿਆ ਬਣ ਗਿਆ, ਜਾਦੂ ਜਾਦੂ। ਚਲੋ ਹੁਣ ਹੋ ਗਏ ਪੈਕ, ਹੁਣ ਕੋਈ ਟੈਨਸ਼ਨ ਨਹੀਂ। ਹੈ ਨਾ, ਪਤਾ ਕਿ ਹਵਾ ਵੀ ਠੰਡੀ ਹੈ ਇੱਥੇ, ਹਵਾ ਵੀ ਲੱਗਦੀ ਆ। ਹਾਂ ਪਕੌੜੇ ਆ ਗਏ ਆ, ਅਤੇ ਨਾਲ ਗ੍ਰੀਨ ਚਟਨੀ ਐਂਡ ਰੈੱਡ ਚਟਨੀ, ਅਤੇ ਹਲੇ ਆਪਾਂ ਕਰਦੇ ਪਏ ਚਾਹ ਦੀ ਵੇਟ। ਹੈਂਜੀ ਹਾਂਜੀ, ਚਾਹ ਦੀ ਵੇਟ ਹੋ ਰਹੀ ਹੈ ਨਾ, ਮੈਂ ਦੇਖਾਂ ਘੁੱਟ ਕੇ ਬੈਠਾਂ, ਦਰਦ ਹੋ ਰਹੀ ਹੈ ਥੋੜ੍ਹੀ ਜਿਹੀ ਨਾ। ਲਓ ਚਾਹ ਵੀ ਆ ਗਈ, ਲਓ ਚਾਹ ਵੀ ਆ ਗਈ ਯਾ, ਚਾਹ ਸੋਟੀ ਦਿੱਤੀ ਭਈਆ ਨੇ। ਹਾਂ ਚਾਹ ਮੈਂ ਕਿਹਾ ਸੋਟੀ ਦਿੱਤੀ ਪਲੇਟ ਦੇ ਵਿੱਚ, ਲੱਗੀ ਨਹੀਂ ਕਿ ਭੁੱਖ ਨਹੀਂ ਲੱਗੀ ਭੁੱਖ। ਹੈਂ ਚਲੋ ਹੁਣ ਆਪਾਂ ਖਾਂਦੇ ਹਾਂ, ਅਤੇ ਫਿਰ ਅੱਗੇ ਨੂੰ ਵਧਾਂਗੇ। ਆਪਾਂ ਸਾਰਿਆਂ ਨੇ ਪੀ ਲਈ ਹੈ ਚਾਹ, ਹਿਮਾਨੀ ਸਲੋ ਸਲੋ ਪੀ ਰਹੀ ਹੈ। ਹਿਮਾਨੀ ਸਵਾਦ ਜ਼ਿਆਦਾ ਲੱਗਦੀ ਵੀ ਕਿ ਵੈਸੇ ਸਲੋ ਪੀ ਰਹੀ ਹੈ, ਠੰਡੀ ਪੀਂਦੇ ਹਾਂ। ਇਹ ਭੈਣ ਭਰਾ ਦੇ ਪੰਗੇ ਨਹੀਂ ਮੁੱਕ ਸਕਦੇ, ਹੈ ਨਾ, ਵਲੌਗ 'ਚ ਨਹੀਂ ਬੋਲਣਾ। ਚਲੋ ਚੱਲੀਏ ਹੁਣ, ਹੈਂ ਚਲੋ ਚਲੋ ਚੱਲੀਏ, ਤੁਸੀਂ ਜਾਣਾ, ਚਲੋ ਚੱਲੀਏ ਹੁਣ ਆਪਾਂ ਅੱਗੇ ਨੂੰ ਚੱਲਦੇ ਹਾਂ, ਹੁਣ ਸਿੱਧਾ ਮਾਤਾ ਚਿੰਤਪੁਰਨੀ ਹੀ ਮਿਲਾਂਗੇ। ਹੈ ਨਾ, ਹਾਂ ਮਤਲਬ ਸਾਡੀ ਆਡੀਅੰਸ ਨੂੰ, ਨਹੀਂ ਆਪਾਂ ਤਾਂ ਹੁਣ ਮਿਲੇ ਹੀ ਹੋਏ ਆ, ਮਤਲਬ ਆਡੀਅੰਸ ਨੂੰ। ਚਲੋ ਚੱਲੀਏ, ਟੇਟੇ ਮੇਟੇ ਰਸਤੇ ਆ ਚੁੱਕੇ ਆ, ਤਾਂ ਹੁਣ ਬਹੁਤ ਥੋੜਾ ਜਿਹਾ ਰਸਤਾ ਰਹਿ ਗਿਆ, ਮੈਨੂੰ ਲੱਗਦਾ 10-12 ਕਿਲੋਮੀਟਰ ਰਹਿ ਗਿਆ ਨਾ ਚਿੰਤਪੁਰਨੀ ਮਾਤਾ ਦਾ ਮੰਦਿਰ, ਤੇ ਚੱਕਰ ਚੁੱਕਰ ਤਾਂ ਨਹੀਂ ਆ ਰਹੇ? ਨਾ ਨਾ, ਓਕੇ ਠੀਕ ਹੈ, ਆਉਣ ਦੇ ਯਾਰ, ਸਾਈਡ ਤੇ ਉੱਡੀ ਕਰੋ। ਇੱਕ ਤੇ ਜਦੋਂ ਕੋਈ ਕਹਦੇ ਉਦੋਂ ਸ਼ੁਰੂ ਹੋ ਜਾਂਦੇ ਆ, ਨਾਲ ਹੀ ਹੋ ਗਏ ਦੇਰਾ ਠੀਕ ਹੈ ਨਾ ਕੰਮ। ਨਹੀਂ ਬਸ ਹੁਣ ਮੈਨੂੰ ਲੱਗਦਾ ਆਪਾਂ ਪਹੁੰਚਣ ਨਹੀਂ ਵਾਲੇ, ਕੁਛ ਉਹ ਖੜਾ ਸੀਗਾ, ਉਹਨੂੰ ਕੀ ਕਹਿੰਦੇ ਆ ਜਿਹਦੇ ਤੇ ਆਪਾਂ ਸਮਾਨ ਢੋਨੇ ਆ, ਖੱਚਰ? ਨਹੀਂ ਉਹ ਇਲੈਕਟ੍ਰੋਨਿਕ ਹੁੰਦਾ, ਲਿਖਿਆ ਸੀ ਜੈ ਮਾਂ ਚਿੰਤਪੁਰਨੀ, ਇਸ ਕਰਕੇ ਸ਼ਾਇਦ ਆਪਾਂ ਪਹੁੰਚੇ ਨਹੀਂ ਵਾਲੇ ਆ। ਨਹੀਂ ਮਾਣੀ ਕਹਿੰਦੀ ਜਿਹੜੇ ਮੇਰਾ ਬਰਥਡੇ ਆਊ ਕਹਿਣਾ, ਕੇਕ ਨਾ ਲੈ ਗਿਆ ਮੈਂ, ਕਿਉਂ? ਕਹਿੰਦੀ ਐ ਮੇਰੇ ਬਰਥਡੇ ਤੇ ਪੀਜ਼ਾ ਤੇ ਮੋਮੋਸ ਲਾਏ ਹੋ, ਉਹਦੇ ਫੇਵਰੇਟ ਹੈ ਨਾ ਫਿਰ। ਹਾਂ ਚਲ ਕਿਹੜੇ ਵਾਲੇ ਖਾਏਂਗੀ ਇਹ ਵੀ ਦੱਸ ਦੇ। ਮੋਮੋਸ ਮੈਂ ਖਾਉਂਗੀ ਵੈਜ, ਅੱਛਾ ਪਨੀਰ ਵਾਲੇ ਨਹੀਂ ਪਰ ਠੀਕ ਹੈ ਵੈਜ, ਤੇ ਪੀਜ਼ਾ ਮੈਂ ਕਿਹੜਾ ਮੈਂ ਜ਼ਿਆਦਾ ਖਾਣੀ ਆ, ਜਾਂ ਤੇ ਮਸ਼ਰੂਮਸ ਵਾਲਾ, ਹਾਂ ਜਾਂ ਪਨੀਰ ਵਾਲਾ, ਹਾਂ ਜਾਂ ਕੌਨਸ ਵਾਲਾ, ਉੱਤੇ ਕਿਹੜੀ ਚੀਜ਼ ਖਾਂਦੇ ਹੋ ਤੁਸੀਂ? ਮੈਨੂੰ ਮੈਂ ਪੁੱਛੀ ਇਹਨਾਂ ਨਾ ਜਾਣੀ ਤੇ ਉਹ ਕਿਹੜੀ ਚੀਜ਼ ਆ ਫਿਰ, ਕਿਹੜਾ ਪੀਜ਼ਾ ਤੇਰਾ? ਚੀਜ਼ ਪੁੱਲ ਆਪਾਂ ਖਾਂਦੇ ਆ ਮੋਜ਼ਰੇਲਾ ਚੀਜ਼, ਹਾਂ ਮੈਂ ਕਹਿੰਨਾ ਕਿਹੜਾ ਪੀਜ਼ਾ ਬਣਾਉਣਾ ਹੈ? ਆਰਡਰ
ਆਰਡਰ ਕਰਦੇ ਚੀਜ਼ ਬਸਟ ਚੀਜ਼ ਬਸਟ ਤੇ ਉੱਪਰ ਹੁੰਦੀ ਹੈ ਮੋਜ਼ਰੇਲਾ ਚੀਜ਼ ਠੀਕ ਆ ਹੁਣ ਸਾਨੂੰ ਪਤਾ ਲੱਗ ਗਿਆ ਮੋਜ਼ਰੇਲਾ ਚੀਜ਼ ਲੈ ਕੇ ਆਵਾਂਗੇ ਤੇ ਸਹੀ ਗੱਲ ਤਾਂ ਮੈਨੂੰ ਪੀਜ਼ਾ ਇੰਨਾ ਪਸੰਦ ਆ ਮੈਂ ਹਫਤੇ ਚ ਦੋ ਤਿੰਨ ਵਾਰੀ ਖਾ ਹੀ ਲੈਣੀ ਆ ਤੇ ਮੈਨੂੰ ਲੈ ਵੀ ਦਿੰਦੇ ਆ ਪੀਜ਼ਾ ਲਵਰ ਵੀ ਹੈ ਮੋਮੋ ਲਵਰ ਵੀ ਆ ਮੋਮੋਸ ਤੇ ਆਟਾ ਬਿਰੇ ਰੁਕ ਜੀ ਇੱਥੇ ਮੋਮੋਸ ਹੈਗੇ ਛੋਟੀ ਦੁਕਾਨ ਰੁਕੀਏ ਰਾਤ ਨੂੰ ਅੱਧੀ ਰਾਤ ਨੂੰ ਵੀ ਮੋਮੋਸ ਲੱਭਦੇ ਆ ਪੈਦਲ ਹੀ ਆਪਾਂ ਨੂੰ ਉਹੀ ਕਹਿ ਰਹੇ ਨਾ ਇਹਨੂੰ ਹੁਣ ਆਪਾਂ ਨਿੱਕੀ ਨਿੱਕੀ ਗੱਲ ਤੇ ਮੋਮੋਸ ਗਿਫਟ ਕਰਦੇ ਕਰਦੇ ਹਾਂ ਜਦੋਂ ਇਹ ਮਾਨੀ ਰੁੱਸੀ ਜਾਂ ਉਹਨੂੰ ਥੋੜਾ ਜਿਹਾ ਵੀ ਇਹਦਾ ਲੱਗਿਆ ਵੀ ਮੂਡ ਆਫ ਆ ਮੋਮੋਸ ਲੈ ਕੇ ਪਹੁੰਚੋ ਹੈ ਨਾ ਮਾਨੀ ਠੀਕ ਹੈ ਨਾ ਸਾਰਿਆਂ ਨੂੰ ਇੰਨਾ ਪਤਾ ਲੱਗ ਚੁੱਕਿਆ ਮੋਮੋਸ ਬਾਰੇ ਕੱਲ ਭਈਆ ਵੀ ਕਹਿੰਦੇ ਸਵੇਰੇ ਢਾਬੇ ਤੇ ਰੋਕ ਕੇ ਰੋਟੀ ਖਾ ਲਾਂਗੇ ਪਰ ਮਾਨੀ ਸਵੇਰੇ ਸਵੇਰੇ ਮੋਮੋਸ ਨਹੀਂ ਮਿਲਦੇ ਮੈਂ ਕਿਹਾ ਹੀ ਚਲੋ ਕੋਈ ਨਹੀਂ ਉੱਥੇ ਮਿਲਣਗੇ ਸ਼ਾਇਦ ਜਾ ਕੇ ਕਿੱਥੇ ਮਿਲਦੇ ਉੱਥੇ ਮੈਂ ਪਿਕਨਿਕ ਸਪੋਟ ਨਹੀਂ ਜੇ ਮਿਲੇ ਫਿਰ ਮੈਂ ਖਾਵਾਂਗੀ ਹੈ ਨਾ ਸਾਬ ਨਾ ਮਿਲਣਗੇ ਡੋਸਾ ਵੀ ਮਿਲ ਜਾਂਦਾ ਮੋਮੋਸ ਵੀ ਮਿਲ ਜਾਂਦਾ ਚਲੋ ਆਪਾਂ ਲੱਭ ਲਾਂਗੇ ਪੀਜ਼ਾ ਵੀ ਮਿਲ ਜਾਂਦਾ ਫਿਰ ਮੋਮੋਸ ਵੀ ਮਿਲ ਨਹੀਂ ਪਰ ਆਪਾਂ ਪੀਜ਼ਾ ਕੱਲ ਖਾਦਾ ਸੀ ਨਾ ਪੀਜ਼ਾ ਨਹੀਂ ਖਾਣਾ ਯਾਰ ਮੋਮੋਸ ਮਿਲੇ ਉਹ ਜ਼ਰੂਰ ਖਾਣੇ ਆ ਹਾਂ ਨਾ ਮੋਮੋਸ ਖਾਵਾਂਗੇ ਠੀਕ ਆ ਚਲੋ ਹੁਣ ਥੋੜਾ ਜਿਹਾ ਰਸਤਾ ਹੈ ਫਟਾਫਟ ਆਪਾਂ ਪਹੁੰਚਦੇ ਆ ਫਿਰ ਕਰਦੇ ਆ ਦਰਸ਼ਨ ਆਪਾਂ ਪਾਰਕਿੰਗ ਵਿੱਚ ਪਹੁੰਚ ਗਏ ਆ ਤੇ ਇੱਥੋਂ ਕਿੰਨਾ ਆ ਮੰਦਿਰ ਅੱਧਾ ਕਿਲੋਮੀਟਰ ਹੈ ਅੱਧਾ ਕਿਲੋ ਡਿਸਟੈਂਸ ਹਾਂ ਵਾਕ ਕਰਕੇ ਜਾਣਾ ਪਊਗਾ ਵਾਕ ਕਰਕੇ ਜਾਣਾ ਪਊਗਾ ਤੇ ਚਲਿਏ ਹਾਂ ਲੈਮਨ ਛੋਟਾ ਪੀ ਲਾ ਘਬਰਾਟ ਹੋ ਗਈ ਮਾੜੀ ਮਾੜੀ ਉਹ ਘੁੰਮਣ ਘੇਰੀਆਂ ਕਰਕੇ ਹੋਈ ਆ ਹਲਕੀ ਹਲਕੀ ਉਹ ਪੀ ਲੈਣੇ ਆ ਲੈਮਨ ਛੋਟਾ ਹਾਂ ਤੇ ਚਲੋ ਚੱਲਦੇ ਹੁਣ ਪਰ ਪਰ ਆਈ ਐਮ ਐਕਸਾਈਟਿਡ ਕਿਉਂਕਿ ਮੈਂ ਲੱਗ ਜਸਟ ਵੀ ਐਕਸਾਈਟਿਡ ਹੈਗੇ ਕਿਉਂਕਿ ਅਸੀਂ ਪਹਿਲੀ ਵਾਰ ਮੱਥਾ ਟੇਕਣਾ ਹੈ ਹਾਂ ਅਸੀਂ ਨੈਣਾ ਦੇਵੀ ਦਾ ਮੱਥਾ ਟੇਕਿਆ ਹੋਇਆ ਆ ਪਰ ਇੱਥੇ ਜਿਹਦਾ ਚਿੰਤਪੂਰਨੀ ਮਾਤਾ ਹੈ ਇਹਨਾਂ ਦੇ ਪਹਿਲੀ ਵਾਰ ਆਪਾਂ ਮੱਥਾ ਟੇਕਣਾ ਹੈ ਸੋ ਵੀ ਬਹੁਤ ਸਾਰੇ ਐਕਸਾਈਟਿਡ ਯੈਸ ਹੁਣ ਆਪਾਂ ਮੰਦਿਰ ਵੱਲ ਜਾ ਰਹੇ ਹਾਂ ਤੁਰ ਕੇ ਪਾਰਕਿੰਗ ਤੋਂ ਤੁਰ ਕੇ ਜਾਣਾ ਪੈਂਦਾ 1 ਡੇਢ ਕਿਲੋਮੀਟਰ ਹੈ ਨਾ ਤਾਂ ਇਹ ਆ ਵੀ ਵੈਸੇ ਗੱਡੀਆਂ ਜਾ ਰਹੀਆਂ ਹੈ ਪਰ ਮੈਨੂੰ ਲੱਗਦਾ ਜਿਹੜੇ ਲੋਕਲ ਹੈ ਨਾ ਇੱਥੇ ਦੇ ਉਹ ਜਾ ਰਹੇ ਆ ਉਹ ਹੀ ਜਾ ਰਹੇ ਆ ਤੇ ਉੱਥੇ ਐਂਟਰੀ ਤੇ ਰੋਕ ਹੀ ਦਿੰਦੇ ਆ ਪਹਿਲੇ ਵੀ ਗੱਡੀ ਜਿਹੜੀ ਆਊਟਸਾਈਡ ਦੀ ਗੱਡੀ ਆ ਉਹਨੂੰ ਅੰਦਰ ਆਣ ਨਹੀਂ ਦਿੰਦੇ ਪਰ ਵਾਕਿੰਗ ਕਰਕੇ ਵੀ ਵਧੀਆ ਲੱਗਦਾ ਹੈ ਹਾਂ ਵਾਕ ਕਰਕੇ ਵਧੀਆ ਲੱਗਦਾ ਬਸ ਟਾਈਮ ਆਇਆ ਹਾਂ ਤੇ ਕਾਫੀ ਹਾਈਟ ਤੇ ਆ ਤੇ ਛੋਟੀ ਛੋਟੀ ਹਾਂ ਬਾਕੀ ਆ ਵੇਖੋ ਤੁਰੇ ਦੋਵੇਂ ਜਾਣੇ ਅੱਗੇ ਪਿੱਛੇ ਹੋ ਕੇ ਤੁਰਨਾ ਪੈ ਰਿਹਾ ਕਿਉਂਕਿ ਸਾਰਾ ਛੋਟੀ ਆ ਹਾਂ ਮਾਰਕੀਟ ਵੀ ਕਾਫੀ ਅੱਛੀ ਹੈ ਖਾਣ ਪੀਣ ਨੂੰ ਕਾਫੀ ਕੁਛ ਹੈ ਇੱਥੇ ਖਾਣ ਪੀਣ ਦਾ ਕਾਫੀ ਅੱਛਾ ਹਾਂ ਹਾਂਜੀ ਲੱਗਦਾ ਅੱਛਾ ਵੀ ਹੋਊਗਾ ਕਿਆ ਲੱਗਾ ਹੈ ਕੁਛ ਹੈ ਆਈਸਕ੍ਰੀਮ ਕਹਿ ਰਿਹਾ ਹੈ ਅੱਛਾ ਉਹ ਜੀ ਹਾਂ ਇਹ ਆਪਣੀਆਂ ਨਾ ਪੁਰਾਣੀਆਂ ਯਾਦਾਂ ਯਾਦ ਕਰਦਾ ਪਿਆ ਕਿਉਂਕਿ ਇਹ 4 ਸਾਲ ਪਹਿਲਾਂ ਆਇਆ ਸੀ ਤਾਂ ਗਿਆ ਨੂੰ ਨੁੱਕਰ ਚ ਹੈਗੀ ਹੈ ਕੀ ਸੌਫਟੀ ਕਾਰਨਰ ਹਾਂ ਯਾਦ ਆ ਗਿਆ ਮਤਲਬ ਤੈਨੂੰ ਹੈ ਚਲੋ ਵਧੀਆ ਗੱਲ ਆ ਮੈਂ ਕਿਹਦੀ ਯਾਦਾਸ਼ ਵਾਪਸ ਆ ਗਈ ਮੈਂ ਅੱਗੇ ਜਵਾ ਜੀ ਮੈਂ ਕਿ ਵੈਸੇ ਚੇਂਜਸ ਹੈਗੇ ਆ ਕਿ ਉਦਾਂ ਆਉਂਦੇ ਹੀ ਆ ਮੈਂ ਕਿ ਖਿੱਚੀ ਇਧਰੋਂ ਪਿੱਛੋ ਖਿੱਚੀ ਸਾਨੂੰ ਪਹਿਲੇ ਨੂੰ ਰੋੜ ਲੈ ਮੈਂ ਕਿ ਜ਼ਿਆਦਾ ਸਵਾਹ ਵਾਪਸ ਆ ਰਹੀ ਹੈ ਤੇ ਬਹੁਤ ਖੁਸ਼ੀ ਹੋ ਰਹੀ ਆ ਪੁਰਾਣੀਆਂ ਯਾਦਾਂ ਹੈ ਪ੍ਰਸ਼ਾਦ ਲੈ ਰਹੇ ਲੈ ਲੈ ਪ੍ਰਸ਼ਾਦ ਲੈਣ ਲੱਗੇ ਆ ਤੇ ਪ੍ਰਸ਼ਾਦ ਲੈ ਲਓ ਬਾਕੀ ਹਾਈਟ ਬਹੁਤ ਆ ਚਲ ਕੋਈ ਨਾ ਚਾਚਾ ਹੋ ਜਾਂਦਾ ਤੇ ਬਾਕੀ ਇਸ ਤੋਂ ਬਾਅਦ ਆਪਾਂ ਮੱਥਾ ਟੇਕ ਕੇ ਜਾਵਾਂਗੇ ਬੰਬੇ ਪਿਕਨਿਕ ਸਪੋਟ ਹੈ ਨਾ ਕਾਫੀ ਜਗ੍ਹਾ ਤੇ ਸੰਧੂਰ ਲੱਗ ਗਿਆ ਇਹਨਾਂ ਦੇ ਉਂਗਲ ਤੇ ਵੀ ਲੱਗ ਗਿਆ ਤੇ ਹਿਮਾਨੀ ਨੇ ਸਾਨੂੰ ਦੱਸਿਆ ਸੀ ਕੁਛ ਕੀ ਦੱਸਿਆ ਸੀ ਮੈਨੂੰ ਜਿਹੜਾ ਫਿਲਮ ਦੱਸਦਾ
ਪੋਜ਼ਿਟਿਵਿਟੀ ਵਾਸਤੇ ਹੁੰਦਾ ਉਹਦੇ ਵਿੱਚ ਇਹਨੇ ਦੇਖਿਆ ਸੀਗਾ ਹਨਾ ਚਲੋ ਇਹ ਇਹੀ ਕਹਿ ਲਓ ਵੀ ਮਾਤਾ ਰਾਣੀ ਨੇ ਆਸ਼ੀਰਵਾਦ ਦਿੱਤਾ ਆ ਹਨਾ ਹਾਂ ਤੇ ਆਪਾਂ ਇਦਾਂ ਮੌਲੀਆਂ ਵੀ ਬਣਵਾ ਲਈਆਂ ਦਿਖਾਓ ਹਾਂ ਸਭ ਦੇ ਬਣੀਆਂ ਹੋਈਆਂ ਆ ਸਭ ਨੇ ਬਣਵਾ ਲਈਆਂ ਆਪਾਂ ਬਹੁਤ ਵਧੀਆ ਲੱਗਿਆ ਦਰਸ਼ਨ ਕਰਕੇ ਤੇ ਹੁਣ ਆਪਾਂ ਜਾਵਾਂਗੇ ਬੰਬੇ ਪਿਕਨਿਕ ਸਪੋਟ ਪਹਿਲਾਂ ਆਪਾਂ ਸ਼ੂਜ਼ ਆਪਣੇ ਕਲੈਕਟ ਕਰਦੇ ਕਿਉਂਕਿ ਸ਼ੂਜ਼ ਨੀਚੇ ਉਤਾਰਨੇ ਪੈਂਦੇ ਆ ਤੇ ਹੁਣ ਆਪਾਂ ਸ਼ੂਜ਼ ਕਲੈਕਟ ਕਰਕੇ ਫਿਰ ਆਪਾਂ ਚੱਲਦੇ ਆ ਬੰਬੇ ਪਿਕਨਿਕ ਸਪੋਟ ਕਹਿੰਦੇ ਜਿਹੜੇ ਰਾਮ ਚੰਦਰ ਜੀ ਨੂੰ ਖਿਲਾਏ ਸੀ ਉਹ ਵਾਲੇ ਬੇਰ ਆ ਅੱਛਾ ਹਾਂਜੀ ਸੂਕਾ ਬੇਰ ਹੋਤਾ ਹੈ ਸਰ ਅੱਛਾ ਤਿਆਰ ਕਰਨੇ ਪੜਤੇ ਹੈ ਦਿੱਲੀ ਸੇ ਆਤਾ ਹੈ ਲੋਕ ਠੀਕ ਹੈ ਥੈਂਕ ਯੂ ਭਈਆ ਮੈਨੇ ਵੀ ਦੇ ਦਈਏ ਓਏ ਉਹ ਦੋਵੇਂ ਖੜੇ ਆ ਛਾਂ ਤੇ ਖੜ ਕੇ ਜਾ ਦੀ ਨਾ ਹਾਂ ਥੈਂਕ ਯੂ ਭਈਆ